अस्सलाम वालेकुम नाजरीन, इस्तकबाल है आप सब दा पीरां फकीरां दी नगरी चैनल विच। सब तो पहला दोस्तों जेड़े भी सत्कारयोग स्रोते साडे नाल जुड़े ने उन्हां सारयां नूं नवें साल दियां लख लख मुबारकां, लख लख वधाइयां। हैप्पी न्यू ईयर टू ऑल ऑफ यू एंड योर फैमिली। तुहाडे सारयां लई 2022 दा ये नवा साल खुशियां भरिया होवे। असी ये दुआ करते हाँ, ये फरियाद करते हाँ, ये अरदास करते हाँ तुहानू सारिया नू अल्लाह पाक परवरदिगार दिन दुगनी रात चौगनी तरक्की बख्शे, सदा ही हर चेहरे ते खुशियां होन अते हर वेड़े विच खुशियां होन। सो दोस्तों, अज मैं तुहाडे सारिया दे वल्लों ਅਤੇ ਆਪਣੇ ਵੱਲੋਂ ਦਰੂਦ ਸ਼ਰੀਫ ਨਬੀ ਸਾਹਿਬ ਨੂੰ ਭੇਜ ਰਿਹਾ। ਨਬੀ ਸਾਹਿਬ ਆਪਣੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ, ਸਦਾ ਆਪਣੀ ਕਿਰਪਾ ਬਣਾਈ ਰੱਖਣ। ਦੋਸਤੋ, ਇਸ ਦੁਆ ਦੇ ਨਾਲ ਆਪਾਂ ਨਬੀ ਸਾਹਿਬ ਜੀ ਜਾਂ ਫਿਰ ਜਿਨ੍ਹਾਂ ਵੀ ਪੀਰਾਂ ਫਕੀਰਾਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਕਿ ਸਾਡੇ ਦੁੱਖ ਤਕਲੀਫਾਂ ਪੁਰਾਣੇ ਸਾਲ ਵਿੱਚ ਹੀ ਰਹਿ ਜਾਣ ਅਤੇ ਨਵਾਂ ਸਾਲ ਸਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਨਬੀ ਸਾਹਿਬ ਲੱਖ ਦਤਾ ਪੀਰ ਜੀ, ਗੌਂਸ ਬਾਗ 11ਵੀਂ ਵਾਲੀ ਸਰਕਾਰ, ਖਵਾਜਾ ਸਾਹਿਬ, ਪੰਜ ਪੀਰ ਅਤੇ ਹੋਰ ਵੀ ਜਿਨ੍ਹਾਂ ਵੀ ਪੀਰਾਂ ਫਕੀਰਾਂ ਨੂੰ ਤੁਸੀਂ ਮੰਨਦੇ ਹੋ ਤੁਹਾਡੀਆਂ ਹਰ ਇੱਕ ਮਨੋਕਾਮਨਾਵਾਂ ਪੂਰੀਆਂ ਕਰਨ, ਤੁਹਾਡੇ 'ਤੇ ਨਜ਼ਰੇ ਕਰਮ ਕਰਨ। ਸੋ ਹੁਣ ਮੈਂ ਆਪ ਸਭ ਲਈ ਇਹ ਦਰੂਦ ਸ਼ਰੀਫ ਨਬੀ ਸਾਹਿਬ ਨੂੰ ਭੇਜਣ ਜਾ ਰਿਹਾ ਹਾਂ। ਆਪ ਸਭ ਨੇ ਇਹ ਦਰੂਦ ਸ਼ਰੀਫ ਸੁਣਨਾ ਹੈ ਅਤੇ ਅੱਗੇ ਵੀ ਇਹ ਤੁਹਾਡੇ ਕੰਮ ਆਵੇਗਾ। ਕਿਤੇ ਵੀ ਤੁਸਾਂ ਨੇ ਕੋਈ ਵੀ ਕਲਮਾ ਪੜ੍ਹਨਾ ਹੈ ਉਸ ਤੋਂ ਅੱਗੇ ਇਹ ਦਰੂਦ ਸ਼ਰੀਫ 5 ਵਾਰ, 7 ਵਾਰ ਜਾਂ ਫਿਰ 11 ਵਾਰ ਪੜ੍ਹਨਾ ਹੈ। ਅੱਲਾਹੁ ਮਸੱਲੇ ਅਲਾ ਸੈਯਦਿਨਾ ਮੁਹੰਮਦਿਨ ਵਾਲਾ ਅਲੇਹੀ ਵਾ ਬਾਰਿਕ ਵਾ ਸੱਲਿਮ ਅਲ ਫਕਰ ਤਹਿਰੀਕ। ਸੋ ਦੋਸਤੋ, ਇਹ ਸੀ ਦਰੂਦ ਸ਼ਰੀਫ। ਇਹ ਦਰੂਦ ਸ਼ਰੀਫ ਤੁਹਾਡੇ ਸਾਰਿਆਂ ਦੀ ਫੋਨ ਦੀ ਸਕਰੀਨ 'ਤੇ ਵੀ ਲਿਖਿਆ ਹੋਇਆ ਦਿਖਾਈ ਦੇ ਜਾਵੇਗਾ ਤਾਂ ਜੋ ਆਪ ਸਭ ਨੂੰ ਕਿਸੇ ਵੀ ਅਲਫਾਜ਼ ਦਾ ਕੋਈ ਵੀ ਡਾਊਟ ਨਾ ਰਹਿ ਸਕੇ ਅਤੇ ਤੁਸੀਂ ਇਸ ਦਰੂਦ ਸ਼ਰੀਫ ਨੂੰ ਚੰਗੀ ਤਰ੍ਹਾਂ ਯਾਦ ਕਰ ਸਕੋ। ਸੋ ਇੱਕ ਵਾਰ ਫਿਰ ਤੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ, ਲੱਖ ਲੱਖ ਵਧਾਈਆਂ। ਸੋ ਦੋਸਤੋ, ਜੇਕਰ ਤੁਸੀਂ ਸਾਡੇ ਇਸ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਬੈੱਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ। ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ, ਦੁਆ ਫਰਿਆਦ ਆਪ ਸਭ ਲਈ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਜੈ ਪੀਰਾਂ ਦੀ।